ਤੁਹਾਨੂੰ ਅਸੀਂ ਬੁਲਾਇਆ ਨਹੀਂ, ਕੁਛ ਨਹੀਂ ਜੀ, ਆ ਕੇ ਆਰਾਮ ਨਾਲ ਖੜੇ ਹਾਂ, ਦੱਸੋ ਜਿਹੜੇ ਦਲਾਲ ਆ ਜਿਹੜੇ ਹੋਣਗੇ ਹੋਣਗੇ ਜਿਹੜੇ ਹੋਣਗੇ ਹੋਣਗੇ, ਅਸਲੀ ਦਲਾਲ ਅਸੀਂ ਅਸੀਂ ਕੁਛ ਵੀ ਨੀ ਕਰਨ ਦਾ, ਕਿਹੜੇ ਤੋਰੇ ਜਿਹੜੇ ਤੋਰੇ ਹੋਣਗੇ ਤੋਰੇ ਹੋਣਗੇ ਬਾਈ ਜੀ, ਅਸੀਂ ਨੀ ਉਹਨਾਂ ਚ ਭੁਲੇਖੇ ਤੁਰਿਆ ਫਿਰਦਾ, ਮੈਨੂੰ ਜਿਹੜੇ ਸਾਨੂੰ ਤੁਸੀਂ ਕਰਦੇ ਨੇ ਜਿਵੇਂ ਤੁਸੀਂ ਬੋਲਦੇ ਤੁਸੀਂ ਕਰਦੇ ਲੈ। ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਕੋਟਕਪੂਰਾ। ਦੋਸਤੋ, ਕੋਟਕਪੂਰਾ ਤੋਂ ਇੱਕ ਬੜੀ ਅਹਿਮ ਖਬਰ ਆ ਰਹੀ ਹੈ ਕਿ ਇੱਕ ਪੁਲਿਸ ਡਿਪਾਰਟਮੈਂਟ ਵਿੱਚ ਬਤੌਰ SHO ਮਤਲਬ ਜ਼ਿੰਮੇਵਾਰੀ ਵਾਲੀ ਨੌਕਰੀ ਔਰ ਡਿਊਟੀ 'ਤੇ ਤੈਨਾਤ ਇੱਕ SHO ਨੇ ਪੱਤਰਕਾਰ ਦੇ ਨਾਲ ਕੀਤਾ ਦੁਰਵਿਵਹਾਰ, ਔਰ ਇੱਥੋਂ ਤੱਕ ਕਿ ਉਹਨਾਂ ਦੇ ਕੈਮਰੇ ਨੂੰ ਵੀ ਖੋਹਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ। ਔਰ ਕਿਉਂ ਕੀਤਾ ਦੁਰਵਿਵਹਾਰ ਔਰ ਕੈਮਰਾ ਕਿਉਂ ਕੀਤੀ ਖੋਹਣ ਦੀ ਕੋਸ਼ਿਸ਼, ਪੂਰੀ ਜਾਣਕਾਰੀ ਦੇਣ ਵਾਸਤੇ ਕੋਟਕਪੂਰਾ ਤੋਂ ਮੇਰੇ ਨਾਲ ਗੁਰਪ੍ਰੀਤ ਸਿੰਘ ਔਲਖ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਅਪਡੇਟ। ਔਲਖ ਸਾਹਿਬ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਤੁਸੀਂ ਗੋਦਾਮ ਦੇ ਵਿੱਚ ਨਜ਼ਰ ਆ ਰਹੇ ਹੋ, ਉਹ ਕੀ ਹੈ ਪੂਰਾ ਮਾਮਲਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਗੁਰਪ੍ਰੀਤ ਸਿੰਘ ਔਲਖ ਬੋਲ ਰਿਹਾ ਜੀ, ਰੋਜ਼ਾਨਾ ਪਹਿਰੇਦਾਰ ਅਖਬਾਰ ਤੋਂ ਔਰ ਵੈਬ ਚੈਨਲ ਤੋਂ ਜੀ। ਜੀ ਇਹ ਸਰ, ਨਾ ਇੱਕ ਚੋਰੀ ਦੀ ਘਟਨਾ ਹੋਈ ਸੀ ਗੋਦਾਮਾਂ ਦੇ, ਮੋਗਾ ਰੋਡ ਤੇ ਹੈਗਾ ਯਾਨੀ ਕਿ ਗੋਦਾਮ ਬਣੇ ਜੀ, ਜੀ ਉੱਥੇ ਗੱਟੇ ਕਣਕ ਝੋਨੇ ਦੇ ਗੱਟੇ ਚੋਰੀ ਹੋਏ ਸੀ, 128 ਹੋਏ ਸੀਗੇ, ਤੇ ਜਾਂਜਾ ਸਰ ਸਾਨੂੰ ਸਭ ਤੋਂ ਪਹਿਲਾਂ ਯਾਨੀ ਕਿ ਇੱਥੇ ਜਾਂਚ ਅਧਿਕਾਰੀ ਸਰਦਾਰ ਸੇਵਾ ਸਿੰਘ ਮੱਲੀ SP ਯਾਨੀ ਕਿ ਅਤੇ DSP ਮਨਵਿੰਦਰ ਸਿੰਘ ਵੀਰ ਜੀ ਉੱਥੇ ਮੌਜੂਦ ਸੀ ਸੈਲਰ ਦੇ ਬਾਰ ਜਾਂਦਾ ਸਰ, ਅਸੀਂ ਸ਼ੋਟ ਵਗੈਰਾ ਕੀਤੇ ਤੇ ਉਹਨਾਂ ਦੇ ਉਹਨਾਂ ਤੋਂ ਅਸੀਂ ਬਾਈਟ ਵਗੈਰਾ ਮੰਗੀ ਗਏ ਉਹਨਾਂ ਵਾਸਤੇ, ਉਹਨਾਂ ਨੇ ਸਾਨੂੰ ਬਾਈਟ ਵਗੈਰਾ ਦਿੱਤੀ ਜੀ DSP ਜੀ ਆਪਣੇ ਮਨਵਿੰਦਰ ਸਿੰਘ ਵੀਰ ਜੀ ਨੇ ਜੀ। ਉਸ ਤੋਂ ਬਾਅਦ ਅਸੀਂ ਬਾਈਟ ਪੂਰੀ ਕਰਕੇ ਅਸੀਂ ਚਲੋ ਜਿੱਥੇ ਅੰਦਰਵਾਰ ਸੈਲਰ ਦੇ ਵਿੱਚ ਸਟਾਕ ਲੱਗਾ ਸੀ ਇਹਦੇ ਝੋਨੇ ਦੇ ਗੱਟਿਆਂ ਦੇ, ਉੱਥੇ ਅਸੀਂ ਉਹ ਸ਼ੋਟ ਕਰਨ ਜਾ ਰਹੇ ਸੀ ਅੰਦਰਵਾਰ, ਜਦੋਂ ਅਸੀਂ ਅੰਦਰ ਦਾਖਲ ਹੋਏ ਤਾਂ SHO ਪਹਿਲਾਂ ਹੀ ਬਲਕਾਰ ਦੇ ਵਿੱਚ ਸੀਗਾ, ਕਹਿੰਦਾ ਉਹ ਇਸ ਤਰ੍ਹਾਂ ਕਹਿੰਦੇ ਵੀ ਉਹਨੇ ਸਾਡੇ ਕੋਲ ਰਿਕਾਰਡਿੰਗ ਉਹ ਵੀ ਹੈਗੀ ਹੈ ਵੀ ਅਸੀਂ ਕਈ ਮਾਮਲੇ ਅਸੀਂ ਕਿਵੇਂ ਕਰਨੇ ਹੁੰਦੇ ਵੀ ਕਿਵੇਂ ਕਰਨੇ ਹੁੰਦੇ ਆ, ਤੁਸੀਂ ਮੂੰਹ ਚੱਕ ਕੇ ਕੈਮਰੇ ਲੈ ਕੇ ਆ ਜਾਂਦੇ ਆ ਜੀ। ਇਸ ਗੱਲ ਤੋਂ ਜਦੋਂ ਅਸੀਂ ਕਿਹਾ ਵੀ ਤੁਹਾਨੂੰ ਬੋਲਣ ਦੀ ਤਮੀਜ਼ ਨੇ, ਇੱਕ ਪੱਤਰਕਾਰ ਅਸੀਂ ਜ਼ਿੰਮੇਵਾਰ ਬੰਦੇ ਆ, ਉਹ ਇਸ ਤਰ੍ਹਾਂ ਕਾਫੀ ਗੰਦੀ ਸ਼ਬਦਾਵਲੀ ਜਾਣ ਕੇ ਬੋਲਿਆ ਸਾਨੂੰ, ਬੜੇ ਉਹਨੇ ਪੱਤਰਕਾਰਾਂ ਤੇ ਇਲਜ਼ਾਮ ਲਾਏ ਵੀ ਪੱਤਰਕਾਰ ਆ ਬਲੈਕਮੇਲਰ, ਇਸ ਤਰ੍ਹਾਂ ਉਹਨੇ ਬੜੇ ਉਹ ਵੀਡੀਓ ਦੇ ਵਿੱਚ ਉਹ ਵੀਡੀਓ ਵਾਇਰਲ ਕੀਤੀ ਹੋਈ ਹੈ ਜੀ। ਮੈਂ ਜੀ ਬਿਲਕੁਲ ਕੁਛ ਪੱਤਰਕਾਰਾਂ ਦੇ ਨਾਮ ਵਗੈਰਾ ਵੀ ਲਏ ਸੀ ਤੇ ਉਹ ਮੈਥੋਂ ਧੱਕੇ ਨਾਲ ਜਬਰੀ ਡਿਲੀਟ ਕਰਾ ਲਏ ਉਹਨੇ ਕਲੈਕ ਮੇਰੇ ਤੋਂ ਜੀ, ਉਹਨਾਂ ਨੇ SHO ਨੇ ਜੀ, ਸੰਜੀਵ ਕੁਮਾਰ SHO ਸਾਹਿਬ ਜਿਹੜੇ ਆ ਨਵੇਂ ਆਏ ਆ ਜੀ, ਉਹ ਸਿਰਫ ਉਹ ਵਰਦੀ ਦੀ ਆਪਦੀ ਤਾਰ ਦੇ ਵਿੱਚ ਯਾਨੀ ਕਿ ਵੀ ਉਹ ਇੱਕ ਪੱਤਰਕਾਰ ਨੂੰ ਕਲਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਇਹ ਕਹਿ ਰਿਹਾ ਸੀਗਾ ਤੁਸੀਂ ਪਹਿਲਾਂ ਆ ਜਾਂਦੇ ਅਸੀਂ ਦਿਖਾਉਣਾ ਕੁਛ ਹੋਰ ਹੁੰਦਾ, ਅਸੀਂ ਕਹੀ ਅਸੀਂ ਜੋ ਮੌਕੇ ਦੀ ਚੀਜ਼ ਅਸੀਂ ਉਹ ਦਿਖਾਉਣੀ ਹੈ, ਤੁਸੀਂ ਜੋ ਮਰਜ਼ੀ ਦਿਖਾਈ ਜਾਓ। ਬਿਲਕੁਲ, ਮੈਂ ਸਰ ਇਹੀ ਉਹਨਾਂ ਨੂੰ ਕਹਿ ਰਿਹਾ ਸੀ ਵੀ ਅਸੀਂ ਮੌਕੇ ਦੀ ਚੀਜ਼ ਦਿਖਾਉਣੀ, ਤੁਸੀਂ ਜੋ ਮਰਜ਼ੀ ਦਿਖਾਈ ਜਾਓ, ਸਾਡਾ ਅਧਿਕਾਰ ਆ, ਸਾਡਾ ਜਿਹੜਾ ਲੋਕਤੰਤਰ ਦਾ ਚੌਥਾ ਸਤੰਭ ਦਾ ਮਤਲਬ ਕੀ ਹੈ ਜੀ। ਮੈਂ ਕਿਹਾ ਸਾਡੀ ਤੁਸੀਂ ਕਲਮ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਮੈਂ ਕਿਹਾ ਧੜਕ ਬੰਦੇ ਸੀ ਡਰਨ ਵਾਲੇ ਨੀਗੇ, ਸਾਡੇ ਤੇ ਪਹਿਲਾਂ ਹੀ ਪਰਚੇ ਝੂਠੇ ਹੋਏ ਤੇ ਅਸੀਂ ਸੱਚ ਦਾ ਕਲਮ ਸੱਚ ਦੀ ਕਲਮ ਦੇ ਸਿਰ ਤੇ ਤੁਰੇ ਤੇ ਸੱਚ ਦੀ ਕਲਮ ਹੀ ਵਾਹਾਂਗੇ ਜੀ, ਜੋ ਸਾਨੂੰ ਮੈਂ ਕਿਹਾ ਜਿੰਨੇ ਮਰਜ਼ੀ ਝੂਠੇ ਪਰਚੇ ਕਰ ਲਓ, ਉਹਨਾਂ ਨੇ ਧਮਕੀ ਵੀ ਦਿੱਤੀ ਮੇਰੇ ਤੇ, ਸਿਰ ਤੇ ਝੂਠਾ ਪਰਚਾ ਦਰਜ ਕਰ ਦੂੰਗਾ ਜੀ ਮੈਂ ਜੀ। ਇਸ ਸੰਬੰਧ ਦੇ ਵਿੱਚ ਜਦੋਂ ਅਸੀਂ ਗੱਲ ਉੱਡੀ ਸਾਰੇ ਮੀਡੀਆ ਕਰਮਚਾਰੀਆਂ ਨੂੰ ਪਤਾ ਲੱਗਾ, ਸਾਡੇ ਹੈਗੇ ਕਰ ਭਲਾ ਹੋ ਭਲਾ ਯਾਨੀ ਕਿ ਪ੍ਰੈਸ ਕਲੱਬ ਦੇ ਪ੍ਰਧਾਨ ਸੁਭਾਸ਼ ਸਿੰਘ ਮਹਿਤਾ ਜੀ ਨੂੰ ਮਿਲਿਆ ਸੀ, ਜਾਣੂ ਕਰਵਾਇਆ ਜੀ ਆਹ ਸਥਿਤੀ ਬਣ ਗਈ ਸਾਡੇ ਨਾਲ, ਇਸ ਤਰ੍ਹਾਂ ਹੋਇਆ, ਤੁਰੰਤ ਉਹਨਾਂ ਨੇ ਇਸ ਗੱਲ ਨੂੰ ਐਕਸ਼ਨ ਲੈਂਦੇ ਹੋਏ ਆਪਣੇ ਸਾਡੇ ਫਰੀਦਕੋਟ ਜ਼ਿਲ੍ਹੇ ਦੇ SSP ਸਰਦਾਰ ਰਾਜਬਦਨ ਸਿੰਘ ਜੀ ਨੂੰ ਅਸੀਂ ਮਿਲੇ ਜੀ, ਉਹਨਾਂ ਨੂੰ ਅਸੀਂ ਲਿਖਤੀ ਦਰਖਾਸਤ ਦਿੱਤੀ ਜੋ ਸਾਡੇ ਕੋਲ ਰਿਸੀਵਿੰਗ ਵੀ ਉਹਨਾਂ ਦੀ ਕੋਲ ਹੈ, ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਵੀ ਅਸੀਂ ਜੋ ਵੀ ਕਾਰਵਾਈ ਹੋਊਗੀ ਅਸੀਂ ਯਾਨੀ ਕਿ ਵੀ ਕਰਾਂਗੇ, ਉਹਨਾਂ ਨੇ DSP ਕੋਟਕਪੂਰਾ ਨੂੰ ਦਰਖਾਸਤ ਤੇ ਮਾਰਕ ਕਰ ਦਿੱਤੀ ਹੈ ਜੀ, ਦੇਖਣ ਲੱਗੇ ਉਹ ਸਾਨੂੰ ਕਿੰਨਾ ਕੁ ਇਨਸਾਫ਼ ਦਿਵਾਉਂਦੇ ਆ ਜੀ। ਬਿਲਕੁਲ ਜੀ, ਹੁਣ ਤਾਂ ਇਨਸਾਫ਼ ਦੀ ਆਸ ਹੈ, ਔਰ ਪੱਤਰਕਾਰ ਜਿਹੜੇ ਕਿ ਸੱਚ ਦਾ ਸਾਹਮਣਾ ਕਰਦੇ ਨੇ ਔਰ ਕਿੰਨੀ ਮੁਸ਼ਕਲਾਂ ਵਿੱਚੋਂ ਜਾ ਕੇ ਸ਼ਾਰਟ ਜਿਹੜੇ ਆ ਕੁਲੈਕਟ ਕਰਦੇ ਨੇ, ਲੇਕਿਨ ਕੁਛ ਇੱਕ ਲੋਕਾਂ ਕਰਕੇ ਪੂਰਾ ਪੱਤਰਕਾਰ ਭਾਈਚਾਰਾ ਜਿਹੜਾ ਹੈ ਕੁਛ ਇੱਕ ਲੋਕਾਂ ਕਰਕੇ ਬਦਨਾਮ ਹੈ, ਸ਼ਾਇਦ ਉਸ ਦਾ ਇਹੀ ਇੱਕ ਕਾਰਨ ਹੈ ਕਿ SHO ਨੇ ਐਡੀ ਵੱਡੀ ਹਿਮਾਕਤ ਕੀਤੀ ਹੈ। ਔਰ SHO ਨੂੰ ਮਤਲਬ ਹੁਣ SSP ਸਾਹਿਬ ਤੱਕ ਜੋ ਦਰਖਾਸਤ ਦਿੱਤੀ ਗਈ ਹੈ ਉਸ ਦਾ ਕੀ ਅਸਰ ਹੁੰਦਾ ਉਹ ਵੀ ਦੱਸਾਂਗੇ, ਲੇਕਿਨ ਦੋਸਤੋ ਜਿਹੜੀ ਵਾਇਰਲ ਵੀਡੀਓ ਹੋ ਰਹੀ ਹੈ ਉਸ ਗੋਦਾਮ ਦੇ ਅੰਦਰ ਉਹ ਪਹਿਲਾਂ ਤੁਸੀਂ ਵੀ ਵੇਖ ਸਕਦੇ ਹੋ। ਨਾਲ ਕੋਈ ਮੈਂ ਤੁਹਾਨੂੰ ਦੱਸਦਾ, ਮੈਂ ਮੇਰੇ ਬਾਰੇ ਤੁਹਾਨੂੰ ਪਤਾ ਹੈ, ਠੀਕ ਹੈ ਨਾ ਗੱਲ,
ਐਵੇਂ ਕੈਮਰੇ 'ਚ ਲਿਆ ਕੇ ਆ ਕੇ ਨਹੀਂ ਖੜਾ, ਦੋ ਮਿੰਟ ਉੱਥੇ ਵੇਟ ਕਰੋ। ਐਵੇਂ ਦੇਖੋ ਸਰ, ਕੋਈ ਤੁਹਾਡੀ ਕੋਈ ਲੈਂਗੁਏਜ ਸਹੀ ਹੈ? ਤੂੰ ਕਰ ਲੈ ਫਿਰ, ਕਰ ਲੈ। ਨਹੀਂ ਕਰ ਲੈ, ਕਰ ਲੈ। ਅਸੀਂ ਡੀਐਸਪੀ ਬੈਠ ਲੈ ਕੇ ਸ਼ਾਟ ਲੈਣੇ ਆ, ਤੁਸੀਂ ਸਾਡੇ ਨਾਲ ਹੈਂ? ਅਸੀਂ ਤੁਹਾਡੇ ਤੋਂ ਮੰਗਿਆ ਕੁਛ? ਬਸ ਨਹੀਂ ਮੰਗਿਆ। ਨਹੀਂ ਮੰਗਿਆ ਤੁਹਾਡੇ ਤੋਂ, ਅਸੀਂ ਬੁਲਾਇਆ ਸੀ ਕੁਛ? ਐਵੇਂ ਨਾ ਕੀ ਮਤਲਬ ਕੀ ਹੋਇਆ ਦੱਸੋ? ਬਸ ਜਿਵੇਂ ਹੋਇਆ ਤੂੰ ਕਰ ਲੈ। ਨਹੀਂ ਦੱਸੋ ਦੱਸੋ ਫਿਰ, ਤੂੰ ਕਰ ਲੈ ਫਿਰ। ਤੂੰ ਮੇਰੇ ਕੈਮਰੇ ਨੂੰ ਹੱਥ ਨਹੀਂ ਲਾਉਣਾਗਾ, ਤਾਂ ਰਿਕਾਰਡਿੰਗ ਕਰ ਯਾਰ ਤੂੰ ਕੈਮਰੇ ਦੀ। ਨਹੀਂ ਨਹੀਂ ਤੁਸੀਂ ਐਂ ਨਾ ਕੁਛ, ਤੁਸੀਂ ਕੈਮਰਾ ਆਪਣੇ ਆਪ ਦੇ ਕੰਮ ਕਰੋ ਤੁਸੀਂ। ਤੁਹਾਨੂੰ ਅਸੀਂ ਬੁਲਾਇਆ ਨਹੀਂ, ਕੁਛ ਨਹੀਂ, ਅਸੀਂ ਆ ਕੇ ਆਰਾਮ ਨਾਲ ਖੜੇ ਆਂ। ਦੱਸੋ ਇਹੀ ਮਤਲਬ ਕਹੀ ਆ? ਚੱਲ ਫਿਰ ਐਵੇਂ ਕੀ ਸਮਝਾ ਤੂੰ? ਕੀ ਸਮਝਾਵਾਂ? ਦਲਾਲ ਮੇਰੇ ਥਾਣੇ ਤੁਰੇ ਫਿਰਦੇ ਆ। ਕਿਹੜੇ ਦਲਾਲ ਆ? ਜਿਹੜੇ ਹੋਣਗੇ ਹੋਣਗੇ। ਨਹੀਂ ਨਹੀਂ ਬਾਈ ਸਰ ਜੀ, ਉਹ ਬੋਲ ਬੋਲ ਦੱਸੋ, ਜਿਹੜੇ ਹੋਣਗੇ ਹੋਣਗੇ, ਅਸੀਂ ਨਹੀਂ ਦਲਾਲ। ਪਹਿਲਾਂ ਉਹਨਾਂ ਨੂੰ ਕੰਮ ਕਰ ਲੈਣ ਦੇ, ਅਸੀਂ ਕੁਛ ਵੀ ਨਹੀਂ ਕਰਨਾ। ਕਿਹੜੇ ਤੋਰੇ? ਜਿਹੜੇ ਤੋਰੇ ਹੋਣਗੇ ਤੋਰੇ ਹੋਣਗੇ ਬਾਈ ਜੀ, ਅਸੀਂ ਨਹੀਂ ਉਹਨਾਂ 'ਚ ਭੁਲੇਖੇ ਤੁਰਿਆ ਫਿਰਦਾ। ਮੈਨੂੰ ਬਾਈ ਜੀ ਕੀ ਹੁੰਦਾ? ਹਾਂ ਕੀ ਹੁੰਦਾ? ਭੁਲੇਖੇ 'ਚ ਤੁਰਿਆ ਫਿਰਦਾ ਕੀ ਹੁੰਦਾ? ਜਿਹੜੇ ਹਿਸਾਬ ਨਾਲ ਤੁਸੀਂ ਕਰਦੇ ਨੇ, ਤੇਰੀ ਲੈਂਗੁਏਜ ਸਹੀ ਹੈ? ਜਿਵੇਂ ਤੁਸੀਂ ਬੋਲਦੇ ਤੁਸੀਂ ਕਰਦੇ। ਸੋ ਦੋਸਤੋ, ਇਹ ਸੀ ਹੁਣ ਤੱਕ ਦੀ ਅਪਡੇਟ। ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।